वेरी गुड इवनिंग फ्रेंड्स जुड़े हैं एक ब्रेकिंग न्यूज़ लैके फगवाड़ा की शॉप ओपनिंग टाइमिंग्स चेंज आ चुकी है नवे ऑर्डर आ चुके हैं डीसी दी मैडम दीप त्यूपल जी दे, और अपने ऑर्डर उन्होंने खास तौर पर मैनशन किया कि काफ़ी शॉपकीपर एसोसीएशन व्यापार मंडल्स की सानू रिप्रजेंटेन आई सी फ्रूट मंडीज की रिप्रजेंटेन आई सॉप ओपनिंग टाइमिंगस चेंज की जरूरत है जो प्रैक्टलिटी मेल नहीं खाँदे तो उन्होंने नवे टाइमिंगज़ हूँ दसे ने सब्जी फ्रूट मंडी फगवाड़ा दी सवेरे छे तो ट्वेल्व नून तक खुलेगी मंडे टू फ्राइडे वीकेंड लॉकडाउन एज इट इज़ चलता रहेगा जो सैटरडे संडे का लग रहा है मीनस फ्राइडे फाइव पी एम तो लैके फाइव 5 एम तक लॉकडाउन चलेगा और डेली लॉकडाउन जोड़ा है वो भी चलेगा शामी पांच बजे तो लैके अगले दिन सवेरे पाँच बजे तक और ਉਸ ਤੋਂ ਇਲਾਵਾ ਜਿਹੜੀਆਂ ਅਦਰ ਸ਼ਾਪਸ ਹੈਗੀਆਂ ਜਿਨ੍ਹਾਂ ਨੇ ਖਾਸ ਕਰਕੇ ਆਪਣੀ ਆਵਾਜ਼ ਉਠਾਈ ਸੀ ਕਿ ਟਾਈਮ ਚੇਂਜ ਹੋਣਾ ਚਾਹੀਦਾ ਅਦਰ ਸ਼ਾਪਸ ਅਦਰ ਥੈਨ ਸਬਜ਼ੀ ਫਰੂਟ ਮੰਡੀਜ਼ ਉਹਦਾ ਟਾਈਮਿੰਗ ਹੁਣ ਹੋ ਗਿਆ ਹੈ 9am ਤੋਂ 5pm ਮਤਲਬ ਸਬਜ਼ੀ ਫਰੂਟ ਮੰਡੀ ਤੋਂ ਇਲਾਵਾ ਜਿੰਨੀਆਂ ਵੀ ਸ਼ਾਪਸ ਹੈਗੀਆਂ ਚਾਹੇ ਕਿਰੀਅਨੇ ਦੀਆਂ ਚਾਹੇ ਕੱਪੜੇ ਦੀਆਂ ਚਾਹੇ ਜੁੱਤੀਆਂ ਦੀਆਂ ਚਾਹੇ ਜੁਐਲਰੀ ਦੀਆਂ ਸਾਰੀਆਂ ਹੁਣ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਖੁੱਲਣਗੀਆਂ ਫਗਵਾੜਾ ਸ਼ਹਿਰ ਦੇ ਵਿੱਚ ए, एक नवी अपडेन आई है मंडे टू फ्राइडे पाँच दिन खुलन गया वीकेंड लॉकडाउन एज इट इज़ चलेगा और मिल्क डेयरीज के दे टाइमिंग्स भी थोड़ी जी चेंजस आई हैं मिल्क डेयरीज हूँ एट एम टू फाइव पी एम खुल्लन गिया ऑल वीकडेज यानी कि मंडे टू फ्राइडे जड़ा वीकएड खुलन गिया एट एम टू वन पी एम फिर दो घंटे की ब्रेक होएगी फिर तीन पी एम टू फाइव पी एम खुलन गियाँ मतलब अठ बजे तो लैके एक बजे तक फिर तीन बजे तो लैके पांच बजे तक यह मिल्क डेयरीज के टाइम दस रहे हैं सैचरडे संडे ਤਾਂ ਆ ਸੈਟਰਡੇ ਸੰਡੇ ਨੂੰ ਜਿਹੜਾ ਪ੍ਰਸ਼ਾਸਨ ਇੱਕ ਗੱਲ ਖਾਸ ਤੌਰ ਤੇ ਕਹੀ ਹੈ ਮਿਲਕ ਡੈਰੀਜ਼ ਵਾਸਤੇ ਵੀ ਸੈਟਰਡੇ ਸੰਡੇ ਜਦੋਂ ਮਿਲਕ ਡੈਰੀਜ਼ ਵਾਲੇ ਆਪਣੀ ਸ਼ਾਪ ਖਲਣਗੇ ਉਹਦਾ ਸ਼ਟਰ ਡਾਊਨ ਚਾਹੀਦਾ ਹੈ ਮਿਲਕ ਔਰ ਜਿਹੜਾ ਵੀ ਮਿਲਕ ਪ੍ਰੋਡਕਟ ਹੈ ਉਹਨਾਂ ਦਾ ਜਿਹੜਾ ਵੀ ਉਹਨਾਂ ਨੇ ਸੇਲ ਆਊਟ ਕਰਨਾ ਹੈ ਉਹ ਸ਼ਟਰ ਦੇ ਬਾਹਰ ਪਿਆ ਹੋਏਗਾ ਸ਼ਟਰ ਦੇ ਬਾਹਰੋਂ ਹੀ ਉਹ ਓਪਨ ਦੇ ਵਿੱਚੋਂ ਹੀ ਆਪਣੇ ਕਸਟਮਰ ਨੂੰ ਉਹਦਾ ਭੁਗਤਾਨ ਕਰਨਗੇ ਸ਼ਾਪ ਦਾ ਸ਼ਟਰ ਡਾਊਨ ਰਹੇਗਾ ਔਸ ਤੋਂ علاوہ ਜਿਹੜੀਆਂ ਮੈਡੀਕਲ ਸ਼ਾਪਸ ਆ ਔਰ ਮੈਡੀਕਲ ਹੈਲਥ ਰਿਲੇਟਿਡ ਕੋਈ ਵੀ ਐਕਟੀਵਿਟੀ ਆ ਚਾਹੇ ਪੈਟਰੋਲ ਪੰਪ ਵੀ ਆ ਚਾਹੇ ਐਲ ਪੀ ਜੀ ਏਜੰਸੀਜ਼ ਆ ਡਿਸਟ੍ਰੀਬਿਊਟਰਸ ਆ ਉਹ ਸਾਦੇ ਸਾਤ ਦਿਨ ਖੋਲ ਸਕਦੇ ਆ 24 ਤੋਂ 24 ਘੰਟੇ ਖੋਲ ਸਕਦੇ ਆ ਉਹਨਾਂ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਐਜ਼ ਇਟ ਇਜ਼ ਉਹ ਚੱਲ ਰਿਹਾ ਔਰ ਉਸ ਤੋਂ ਇਲਾਵਾ ਜਿਹੜੇ ਰੇੜੀ ਵਾਲੇ ਆ ਘੁੰਮ ਫਿਰ ਕੇ ਆਪਣਾ ਸਮਾਨ ਵੇਚ ਸਕਦੇ ਆ ਇੱਕ ਥਾਂ ਤੇ ਖੜੇ ਹੋ ਕੇ ਨਹੀਂ ਵੇਚ ਸਕਦੇ ਸ਼ਾਮੀ 5 ਵਜੇ ਤੱਕ ਵੇਚ ਸਕਦੇ ਆ ਇਸ ਤੋਂ ਇਲਾਵਾ ਜਿਹੜੇ ਰੈਸਟੋਰੈਂਟਸ ਹੈਗੇ ਆ ਇਨਕਲੂਡਿੰਗ ਰੈਸਟੋਰੈਂਟਸ ਜਿਹੜੇ ਹੋਟਲਸ ਦੇ ਸਵੀਟ ਸ਼ਾਪਸ ਯਾਨੀ ਕਿ ਮਠਾਈ ਦੀਆਂ ਦੁਕਾਨਾਂ ਨੇ ਬੇਕਰੀਆਂ ਨੇ ਕਨਫੈਕਸ਼ਨਰੀ ਸ਼ਾਪਸ ਨੇ ਉਹਨਾਂ 'ਚ ਡਾਈਨ ਇਨ ਫੈਸਿਲਿਟੀ ਨਹੀਂ ਅਲਾਉਡ ਹੈਗੀ ਮੀਨਸ ਬੇਕਰੀ ਦੇ ਅੰਦਰ ਜਾਂ ਸਵੀਟ ਸ਼ਾਪ ਦੇ ਅੰਦਰ ਜਾਂ ਟਾਬੇ ਦੇ ਅੰਦਰ ਜਾਂ ਫਾਸਟ ਫੂਡ ਦੇ ਅੰਦਰ ਜਾਂ ਕਾਫੀ ਸ਼ਾਪ ਦੇ ਅੰਦਰ ਜਾਂ ਕਿਸੇ ਵੀ ਰੈਸਟੋਰੈਂਟ ਦੇ ਅੰਦਰ ਡਾਈਨ ਇਨ ਫੈਸਿਲਿਟੀ ਨਹੀਂ ਅੰਦਰ ਬੈਠ ਕੇ ਤੁਸੀਂ ਖਾਣਾ ਨਹੀਂ ਖਾ ਸਕਦੇ ਸਿਰਫ ਹੋਮ ਡਿਲੀਵਰੀ अवेलेबल ਹੋਏਗੀ ਔਰ ਹੋਮ ਡਿਲੀਵਰੀ ਰਾਤੀ 9 ਵਜੇ ਤੱਕ अवेलेबल ਹੋਏਗੀ ਅੰਦਰ ਕੋਈ ਵੀ ਸੈਟਿੰਗ ਅਲਾਉਡ ਨਹੀਂ ਹੋਏਗੀ ਕਿਸੇ ਵੀ ਫਾਸਟ ਫੂਡ ਦੇ ਅੰਦਰ ਰੈਸਟੋਰੈਂਟ ਦੇ ਅੰਦਰ ਕਾਫੀ ਸ਼ਾਪ ਦੇ ਅੰਦਰ ਉਸ ਤੋਂ ਇਲਾਵਾ ਈ-ਕਾਮਰਸ ਐਕਟੀਵਿਟੀ ਜਿਹਦੇ ਵਿੱਚ ਕੂਰੀਅਰ ਵਗੈਰਾ ਆ ਜਾਂਦੇ ਹਨ ਨਾ ਉਹ ਸਵੇਰੇ 9 ਤੋਂ 5 ਵਜੇ ਤੱਕ ਆਪਣਾ ਐਜ਼ ਇਟ ਇਜ਼ ਰੂਟੀਨ ਚਲਦੀ ਰਹੇਗੀ। ਔਰ ਇਹ ਜਿਹੜਾ ਆਰਡਰ ਐਪਲੀਕੇਬਲ ਰਹੇਗਾ 25 ਮਈ ਤੋਂ ਲੈ ਕੇ 31 ਮਈ 2021 ਤੱਕ। ਤੋਂ ਇੱਕ ਨਵੀਂ ਅਪਡੇਟ ਆਈ ਸੀ ਜੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ ਖਾਸ ਕਰਕੇ ਸ਼ਾਪ ਓਪਨਿੰਗ ਟਾਈਮਿੰਗਸ ਫਗਵਾੜਾ ਲਈ ਅਸੀਂ ਦੱਸ ਦਈਏ ਸਬਜ਼ੀ ਫਰੂਟ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਹੁਣ ਸਵੇਰੇ 9 ਥੈਂਕ ਯੂ ਵੈਰੀ ਮੱਚ ਨਵੀਂ ਅਪਡੇਟ ਲਈ ਤੁਹਾਡੇ ਸਾਹਮਣੇ ਆਏ ਸੀਗੇ ਫਿਰ ਕੋਈ ਨਵੀਂ ਅਪਡੇਟ ਹੋਏਗੀ ਜ਼ਰੂਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਥੈਂਕ ਯੂ ਵੈਰੀ ਮੱਚ